ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛੱਡਿਆ ਦੇਵ ਚਲਾਏ ਤੇ ਗਵਾਏ ਦੇਖ ਕੇ ਅਣਗਿਣਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਦੇ ਵਾਹਿਗੁਰੂ ਸੁਖ ਸ਼ਾਂਤੀ ਦੇਹ ਰੂਪ ਦਾ ਚੜ੍ਹਦੀ ਕਲਾ ਨਾਮ ਦੀ ਦਾਤ ਪ੍ਰਸ਼ਨ ਕਰਨੀ ਸਤਿਗੁਰੂ ਦੇ ਆਪ ਜੀ ਦੇ ਪਾਵਨ ਹਜ਼ੂਰੀ ਅੰਦਰ ਪਵਿੱਤਰ ਪਾਵਨ ਕੜਾਹ ਪ੍ਰਸ਼ਾਦ ਦੇਵ ਸਿੰਘ ਅੱਗੇ ਹਾਜ਼ਰ ਕੀਤੀ ਗਈ ਹੈ। ਦੇਵ ਸਜਾਉਂਦਿਆਂ ਹੋਈਆਂ ਸੁਖੋਂ ਭੁੱਲਾਂ ਰਾਜ ਤਾਣੀ ਆਪ ਜੀ ਕਿਰਪਾ ਕਰੂ ਕੜਾਹ ਪ੍ਰਸ਼ਾਦ ਦੀ ਦੇਵ ਦਰ ਤੋਂ ਮਾਣ ਕਰਨੀ ਦਰ ਤੋਂ ਮਾਣ ਹੋਇਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਂਦੇ ਆ ਗਿਆ ਬਖਸ਼ਿਸ਼ ਕਰਨੇ ਐਸ ਪ੍ਰਤਾਪ ਦੀ ਕਿਰਪਾ ਕਰੋ ਸਤਿਗੁਰੂ ਦੇ ਆਪਣਾ ਪਵਿੱਤਰ ਪਾਵਨ ਇਲਾਹੀ ਰੂਪ ਨਾਮ ਬਖਸ਼ਿਸ਼ ਕਰਕੇ ਆਈਆਂ ਸਰਬੱਤ ਸੰਗਤਾਂ ਨੂੰ ਕਰਤਾਰਥ ਕਰੋ ਸ੍ਰੀ ਗੁਰਮਤ ਪਿਆਰੇ ਮਿਲਣ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਦੇ ਸੁਰਠ ਮਹਲਾ ਪੰਜਵਾਂ ਅਮਰੇ ਗਨ ਤੁਨਾ ਗਣਿਆ ਕਾਏ ਆਪਣੇ ਦਾਸ ਕੇ ਆਪ ਪੈਰ ਰੱਖੇ ਨਾਨਕ ਸਤਿਗੁਰ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਭਾਜੀ ਮੈਂ ਆਪਣੇ ਆਪਣੇ ਸਾਰੇ ਉਹਨਾਂ ਦੇ ਪਰਸਨ ਲਾਈਫ ਸਾਰੇ ਬੰਦਿਆਂ ਨੂੰ ਇੱਥੇ ਉਹਨਾਂ ਦਾ ਲਾਈਫ ਬਾਰੇ ਪਤਾ ਹੈ। ਮੈਂ ਦੇਖੋ ਆਈ ਐਮ ਏ ਦਾ ਪ੍ਰਧਾਨ ਹੀ ਆ, ਹੁਣ ਅਕੈਡਮਿਕ ਲਾਈਫ ਬਾਰੇ ਦੋ ਮਿੰਟ ਮੈਸੇਜ ਲੈਣਾ। ਐਂਡ ਦੇ ਟੂ ਵਾਹਿਗੁਰੂ ਟੂ ਗ੍ਰਾਂਟ ਹਿਮ ਸਟਰਨਲ ਪੀਸ ਐਂਡ ਸੁਰੇਸ਼ ਐਨਕਰੇਜ ਟੂ ਦੀ ਗਰੀਬ ਫੈਮਿਲੀ ਟੂ ਇੰਡੀਆ ਵੈਰੀ ਲੋਸ ਫਰੋਮ ਆਈ ਐਮ ਏ ਟਾਲਾ ਲਕਸ਼ੀਮਾ ਐਂਡ ਸੈਕਟਰੀ ਐਂਡ ਆਲ ਅਦਰ ਸਿੰਘ ਥੈਂਕ ਯੂ ਔਰ ਯੂ ਰਿਕੁਐਸਟ ਡਾਕਟਰ ਮਿਸਟਰ ਜਸਵੀ ਟੂ ਕਮ ਐਂਡ ਵਿਦ ਲਵ ਐਂਡ ਅਫੈਕਸ਼ਨ ਹੈਂਡ ਓਵਰ ਸ਼ਾਲ ਟੂ ਮਿਸਟਰ ਦਲਜੀਤ ਸਿੰਘ। ਮਾਈ ਰਿਕੁਐਸਟ ਆਫ ਸੀਨੀਅਰ ਆਈ ਮੈਂਬਰਸ ਡਾਕਟਰ ਨਿਚਰ ਐਂਡ ਡਾਕਟਰ ਅਸ਼ਵਿਨ ਹਾਇਲ ਟੂ ਪਲੀਜ਼ ਹੈਂਡ ਓਵਰ ਏ ਲੋਇਲ ਲੈਸਨ ਔਫ ਦਾ ਲਵ ਐਂਡ ਅਫੈਕਸ਼ਨ। ਹਾਂਜੀ ਭਾਅ ਜੀ ਇੱਧਰ ਸਾਹਮਣੇ ਦੇਖੋ ਇਸ ਸਮੇਂ ਦੁੱਖ ਦੀ ਘੜੀ ਜਿਸ ਤਰੀਕੇ ਨਾਲ ਉਹ ਸਾਡੇ ਨਾਲ ਖਲੋਤਾ ਅਸੀਂ ਉਸਦੇ ਬਜਾਤੇ ਕੁਝ ਪਰਿਵਾਰ ਚੋਂ ਗਿਣੀਆਂ ਜੋ ਕਦਮ ਇੱਥੇ ਆਇਆ ਡਾਕਟਰ ਸੰਧੂ ਦੀ ਇਸ ਸ਼ਰਧਾਂਜਲੀ ਅੰਤਰ ਅਰਦਾਸ ਅਸੀਂ ਪਰਿਵਾਰ ਤੌਰ 'ਤੇ ਉਸ ਹਰ ਕਦਮ ਦੇ ਹਰ ਉਸ ਰੂਹ ਦੇ ਹਰ ਇਨਸਾਨ ਦੇ ਰਿਣੀ ਹਾਂ ਜਿਹੜਾ ਇਸ ਦੁੱਖ ਦੀ ਘੜੀ ਵਿੱਚ ਸਾਡੇ ਸ਼ਰੀਕ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਗਲਤੀ ਹੋ ਗਈ ਹੋਵੇ, ਕੋਈ ਨਾ ਰਹਿ ਗਈ ਹੋਣ, ਨਾ ਮੈਂ ਨਹੀਂ ਸੀ ਗਿਣਨਾ ਚਾਹੁੰਦਾ, ਪਲੀਜ਼ ਹਰ ਇਨਸਾਨ ਜੋ ਇੱਥੇ ਆਇਆ ਹੈ, ਜੋ ਰੂਹ ਆਈ ਹੈ, ਜੋ ਇਸ ਸਮੇਂ ਇਸ ਅਰਦਾਸ ਮਦਦ ਕਰੇ, ਮੈਂ ਸਾਡੇ ਦੁਨੀਆਂ ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Thank you.
ਸੁਪਨੇ ਦੀ ਤਰ੍ਹਾਂ ਚਲਾਏ ਮਨ ਹੈ, ਕਿਉਂਕਿ ਇਸ ਸੰਸਾਰ ਦੇ ਤ੍ਰੇਤੇ ਯੁੱਗ ਦੇ ਮਾਲਕ ਸ੍ਰੀ ਰਾਮ ਚੰਦਰ ਜੀ ਆਏ, ਉਹਨਾਂ ਨੂੰ ਵੀ ਇਸ ਸੰਸਾਰ ਤੋਂ ਇੱਕ ਦਿਨ ਜਾਣਾ ਪਿਆ। ਰਾਵਣ ਵਰਗੇ ਮਹਾਬਲੀ ਜਾਂਕੋ ਬਹੁ ਪਰਿਵਾਰ, ਰਾਵਣ ਦਾ ਬਹੁਤ ਵੱਡਾ ਪਰਿਵਾਰ ਸੀ, 1,00,000 ਊਠ 1,25,00,000 ਰਾਤੀ ਇਹ ਰਾਵਣ ਕਰ ਦੀ ਅਨਬਾਦੀ, ਰਾਵਣ ਦਾ ਜੀਵ ਤੇ ਇੱਕ ਦਿਨ ਆਉਂਦਾ।
जय सुती जीवन सजन मेरे रंग जय सुती Yeah.
सजन मेरे शब्द पढ़ना है। संबत साह लिखिया मिलकर पावो तेल देहो सज्जन असीसलियां जो होवे साहिब सोहे। गुरु प्यारी साध संगत जी, डॉक्टर हरदेव सिंह जी संधु जिन्ना ने अपने डॉक्टरी लाइन विच समाज में रह के समाज की सेवा की है, प्रोफेशन होना होर गल है। एक डॉक्टर की जड़ी जिम्मेवारी होती है वो एक बड़ी ध्यान दे नाल हर एक मरीज को रोज सौवां दे साबना हजारां दे साबना मरीज देखने ते सारियां नूं याद रखना कि इन्हों केड़ी दवाई दित्ती सी, बड़ी एक जिम्मेवारी होती है।
अपने परिवार में किसी की कोई दवाई लै आईए ना, यह भी चिता भुल जाता कि आ गोली इस तो बाद देनी या पहला देनी। ये जो डॉक्टरी लाइन है ये भी एक समाज में रह के समाज की सेवा करना है, क्योंकि बड़े उन्होंने तनदेही के नाल सेवा की है, बड़े मिठ बोलड़े अते बहुत वधिया सुभा के मालक सन, ठंडा सुभा से उन्होंने। अज आप सारे ही उन्होंने अंतम अरदास में शामिल होने वास्ते विशेष तौर पर पहुंचे हैं। सतगुरु के पावन पवित्र चरणों च रल मिल के ये अरदास कर रही है सतगुरु जी डॉक्टर हरदेव सिंह जी संधु ने अपने चरणों में निवास बख्शो, पिछे परिवार को भाणा मनने का बल बख्शो। आओ सारे करो कृपा, कोई भी रसनामा जी ना रहे आशीष बख्शो। Yeah.
ਵਣ ਛੱਡਿਆ ਦੇਵ ਚਲਾਈ ਤੇ ਗਵਾਹੇ ਦੇਖ ਕੇ ਅਣਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਦੇ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਮੰਗ ਮੰਗ ਗਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਗਾਏ ਤਿਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਦੇ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੈ ਚਿੱਤੇ ਆਵਣ ਦਾ ਸਦਕਾ ਸਰਬ ਸੁਖ ਹੋਵੈ ਦਹਾਂ ਦਹਾਂ ਖਾਲਸਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਸਾਹ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਦੇ ਬੋਲੋ ਦੇ ਵਾਹਿਗੁਰੂ ਸਿੱਖਾਂ ਦਾ ਮਰਨੀ ਮਾਂ ਮਤ ਉੱਚੇ ਮਤ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਰੇ ਦਾਤਾ ਦੇਵ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰ ਜੀ ਆਪ ਜੀ ਦੇ ਸਤਿਗੁਰ ਦੇ ਫਰਮਾਨ ਹਨ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸਨੋਂ ਆਖੀਐ ਵਿਣ ਪਿਛਿਆ ਹੀ ਲੈ ਜਾਏ ਦੇ ਮਹਾਂਵਾਕ ਅਨੁਸਾਰ ਮਨ ਕਰਦੇ ਵਿਦਵਾਨ ਡਾਕਟਰ ਹਰਦੇਵ ਸਿੰਘ ਜੀ ਸੰਧੂ ਸਤਿਗੁਰ ਜੀ ਆਪ ਜੀ ਵੱਲੋਂ ਬਖਸ਼ੀ ਹੋਏ ਸਵਾਸਾਂ ਦੀ ਕੁੰਡੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਸਤਿਗੁਰ ਜੀ ਇਸ ਵਕਤ ਉਹਨਾਂ ਦੇ ਅੰਤਮ ਅਰਦਾਸ ਦੇ ਸੰਬੰਧ ਅੰਦਰ ਸਤਿਗੁਰ ਜੀ ਆਪ ਜੀ ਦੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਦੇ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ ਸਮਰੱਥ ਬਖਸ਼ਿਸ਼ ਕਰਨੀ ਸਤਿਗੁਰ ਜੀ ਸਰਬੱਤ ਸੰਗਤਾਂ ਨੇ ਆਪ ਜੀ ਦਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤ ਦੀ ਹਾਜ਼ਰੀ ਪ੍ਰਮਾਣ ਕਰਨੇ ਕਦਮ ਕਦਮ ਲੇਖੇ ਰੋਣੇ ਤਿਲ ਫੁੱਲ ਭੇਟਾਂ ਪ੍ਰਮਾਣ ਕਰਨੀਆਂ ਗੁਰਮਤ ਅਨੁਸਾਰ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਅੜੀ ਸੁਣੀ ਬਾਣੀ ਦਾ ਭਾਵ ਆਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰੋਂ ਘਰੋਂ ਮਾਨ ਦਾਨ ਸਿੱਖੀ ਦੇਵਣ ਬਖਸ਼ਿਸ਼ ਕਰਨਾ ਸਤਿਗੁਰ ਦੀ ਕਿਰਪਾ ਕਰਨੇ ਵਿਸ਼ਵੇ ਹੋਏ ਵਿਰੋ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਿਸ਼ ਕਰਨਾ ਅੱਗੇ ਤੋਂ ਪਰਿਵਾਰ ਦੇ ਸਿਰ 'ਤੇ ਮਿਲ ਭਰਿਆ ਹੱਥ ਰੱਖਣਾ ਪਰਿਵਾਰ 'ਚ ਸੁੱਖ ਸ਼ਾਂਤੀ ਇਹ ਰੂਪਤਾ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰ ਦੇ ਆਪ ਜੀ ਦੇ ਪਾਵਨ ਹਜ਼ੂਰੀ ਅੰਦਰ ਪਵਿੱਤਰ ਪਾਵਨ ਕੜਾ ਪਛਾਣ ਦੇਵ ਸਜਾ ਕੇ ਹਾਜ਼ਰ ਕੀਤੀ ਗਈ ਹੈ ਦੇਵ ਸਜਾਉਂਦਿਆਂ ਹੋਈਆਂ ਸੁਖੋਂ ਭੁੱਲਾਂ ਨਾਚ ਤਾਣੀ ਆਪ ਜੀ ਕਿਰਪਾ ਕਰੋ ਕੜਾ ਪਛਾਣ ਦੀ ਦੇਵ ਦਰ ਪ੍ਰਵਾਨ ਕਰਨੀ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਂਦੇ ਆ ਗਿਆ ਬਖਸ਼ਿਸ਼ ਕਰਨੇ ਐਸ ਪ੍ਰਤਾਪ ਦੀ ਕਿਰਪਾ ਕਰੋ ਸਤਿਗੁਰੂ ਦੇ ਆਪਣਾ ਪਵਿੱਤਰ ਪਾਵਨ ਇਲਾਹੀ ਰੁਕਤਨਾਮਾ ਬਖਸ਼ਿਸ਼ ਕਰਕੇ ਆਈਆਂ ਸਰਬੱਤ ਸੰਗਤਾਂ ਨੂੰ ਕਰਤਾਰਥ ਕਰੋ ਸਹੀ ਗੁਰਮਤਿ ਪਿਆਰੇ ਮਿਲਣੇ ਪ੍ਰਗਟ ਪੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਕੇ ਰਹੇ ਨਾ ਕੋਚ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ
जो शरदा कर सेव दे गुर पाए तारन, जो शरदा कर सेव दे गुर पाए तारन। मोले जिसके वस्त्र सोई ले जाएगा और उसके से सिंह की जय। सो कहो पल गुर से Thank you.
ਸਿੱਖ ਧਰਮ ਦੀ ਹੈ ਉਸਦੇ ਮੁਤਾਬਿਕ ਠੀਕ ਸਮਾਂ ਜੋ ਨਿਸ਼ਚਿਤ ਕੀਤਾ ਸੀ ਅਰਦਾਸ ਦਾ 2 ਵਜੇ ਅਸੀਂ ਫਿਕਸ ਕੀਤਾ ਸੀ ਪਰਿਵਾਰ ਲੈਵਲ 'ਤੇ ਸੱਜਣ ਪਿੱਤਰਾਂ ਦਾ ਉਹ ਅਸੀਂ ਅਰਦਾਸ ਦੀ ਸਮਾਪਤੀ ਕੀਤੀ ਹੈ ਔਰ ਬਿਰਥਾ ਕਦੇ ਨਾ ਹੋ ਗਈ ਜੰਗ ਕੀ ਅਰਦਾਸ ਸਾਰੇ ਸੱਜਣ ਜੋ ਇਸ ਵੇਲੇ ਇੱਥੇ ਹਾਜ਼ਰ ਸਨ ਉਹ ਅਰਦਾਸ ਵਿੱਚ ਸ਼ਾਮਿਲ ਹੋਏ ਨੇ ਔਰ ਜਿਹੜੀ ਇਹ ਅਰਦਾਸ ਹੋਈ ਹੈ ਇਹ ਜ਼ਰੂਰ ਦਰਗਾਹ ਵਿੱਚ ਕਬੂਲ ਹੋਵੇਗੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠੇ ਡਾਕਟਰ ਹਰਦੇਵ ਸਿੰਘ ਸੰਧੂ ਜਿਹਨਾਂ ਨੂੰ ਅਸੀਂ ਵੀਰ ਜੀ ਸਾਰੇ ਕਹਿੰਦੇ ਸਨ ਇੱਕ ਮਹਾਨ ਸ਼ਖਸੀਅਤ ਸਨ ਮੈਨੂੰ ਪਰਿਵਾਰ ਵੱਲੋਂ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਇਹ ਹੁਕਮ ਹੋਇਆ ਕਿ ਮੈਂ ਹਰ ਵਿਅਕਤੀ ਹਰ ਚੀਜ਼ ਹਰ ਰੂਹ ਹਰ ਇਨਸਾਨ ਜੋ ਇੱਥੇ ਹਾਜ਼ਰ ਹੈ ਮੈਂ ਉਹਦਾ ਧੰਨਵਾਦ ਕਰਾਂ ਮੈਂ ਜੇ ਨਾ ਗਿਣਨ ਲੱਗਾਂਗਾ ਤਾਂ ਫਿਰ ਮੈਂ ਬਹੁਤਿਆਂ ਨਾਲ ਗੁਨਾਹਗਾਰ ਸਾਬਤ ਹੋਵਾਂਗਾ ਪੰਜਾਬ ਦੇ ਫਸਟ ਸਿਟੀਜ਼ਨ ਫਸਟ ਆਫਿਸਰ ਸਰਦਾਰ ਅਜੀਤ ਸਿੰਘ ਚੱਠਾ ਜਿਹੜੇ ਸਾਡੇ ਚੀਫ ਸੈਕਟਰੀ ਨੇ ਉਸ ਤੋਂ ਲੈ ਕੇ ਬਟਾਲਾ ਦੀ ਹਰ ਸ਼ਖਸੀਅਤ ਹਰ ਡਾਕਟਰ ਚਾਹੇ ਉਹ ਬਟਾਲੇ ਦਾ ਹੈ ਚਾਹੇ ਉਹ ਅੰਮ੍ਰਿਤਸਰ ਦਾ ਹੈ ਹਰ ਰਾਜਸੀ ਪਾਰਟੀ ਚਾਹੇ ਕੋਈ ਵੀ ਹੈ ਹਰ ਪਰਿਵਾਰ ਮੈਂਬਰ ਹਰ ਰਿਸ਼ਤੇਦਾਰ ਹਰ ਸੰਬੰਧੀ ਹਰ ਦੁਕਾਨਦਾਰ ਹਰ ਬਾਜ਼ਾਰ ਦਾ ਵਿਅਕਤੀ ਹਰ ਮੁਹੱਲੇਦਾਰ ਹਰ ਸਭ ਵਿਅਕਤੀ ਇਸ ਵੇਲੇ ਡਾਕਟਰ ਹਰਦੇਵ ਸਿੰਘ ਸੰਧੂ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਗੇ ਡਾਕਟਰ ਹਰਦੇਵ ਸਿੰਘ ਸੰਧੂ ਜਿਸ ਦਾ ਜਨਮ 1947 ਵਿੱਚ ਲਾਇਲਪੁਰ ਵਿੱਚ ਹੋਇਆ ਵੰਡ ਤੋਂ ਕੁਝ ਮਹੀਨੇ ਪਹਿਲਾਂ ਹੀ ਹੋਇਆ ਬੀਜੀ ਡਾਕਟਰ ਹਰਦੇਵ ਦੇ ਮਾਤਾ ਜੀ ਕਹਿੰਦੇ ਹਨ ਕਿ ਉਹਨਾਂ ਦਾ ਜਿਹੜਾ ਜਨਮ ਹੈ ਤਰੀਕ ਉਹਨਾਂ ਨੂੰ ਵੀ ਜਾਣਦੇ ਸੀ ਮਾਤਾ ਨੂੰ ਵੀ ਜਨਮ ਦੀ ਤਰੀਕ ਜਾਣਦੇ ਸੀ ਪਰਿਵਾਰ ਯਾਦ ਸੀ ਮਾਂ ਤੋਂ ਬਾਅਦ ਫੱਗਣ ਹੁੰਦਾ ਫੱਗਣ ਤੋਂ ਬਾਅਦ ਜਿਹੜਾ ਦੂਸਰਾ ਵੀਰਵਾਰ ਸੀ ਬੀਜੀ ਇਹੀ ਕਹਿੰਦੇ ਸਨ ਕਿ ਫੱਗਣ ਦੀ ਜਿਹੜੀ ਸੰਗਰਾਂਦ ਤੋਂ ਬਾਅਦ ਦਾ ਜਿਹੜਾ ਵੀਰਵਾਰ ਸੀ ਉਸ ਦਿਨ ਇਹਨਾਂ ਦਾ ਜਨਮ ਹੋਇਆ ਸੀ ਅਤੇ ਅਸੀਂ ਇੱਕ ਦਿਨ ਪਰਿਵਾਰ ਨੇ ਬੈਠ ਕੇ ਜਿਹੜੀ ਉਹਨਾਂ ਦੀ ਜਨਮ ਤਰੀਕ ਕੱਢੀ ਸੀ ਉਹ ਅਸੀਂ 28 ਫਰਵਰੀ 1947 ਕੱਢੀ ਸੀ ਸੋ ਡਾਕਟਰ ਹਰਦੇਵ ਨੂੰ ਜਾਂ ਉਹਨਾਂ ਦੀ ਮਾਤਾ ਨੂੰ ਵੀ ਐਗਜੈਕਟ ਡੇਟ ਆਫ ਬਰਥ ਯਾਦ ਨਹੀਂ ਸੀ ਉਸ ਤੋਂ ਚੱਲਦਿਆਂ ਹੋਇਆ ਵੰਡ ਹੋਈ ਵੰਡ ਤੋਂ ਬਾਅਦ ਇੱਥੇ ਆਏ ਇੱਥੋਂ ਆ ਕੇ ਉਹ DSP ਦੀ ਕੋਠੀ ਜਿਹੜੇ DSP ਕੋਠੀ ਲੱਗੇ ਜ਼ਮੀਨ ਅਲਾਟ ਹੋਈ ਵਿੱਦਿਆ ਸ਼ੁਰੂ ਕੀਤੀ ਉਹਨਾਂ ਦੇ ਟੀਚਰ ਵੀ ਸਰਦਾਰ ਹਰਬੰਸ ਸਿੰਘ ਜੀ ਕੱਲ੍ਹ ਸਾਡੇ ਨਾਲ ਸਨ ਉਹ ਇੱਕ ਇੱਕ ਪਲ ਸਾਡੇ ਨਾਲ ਉਹਨਾਂ ਦਾ ਸਾਂਝਾ ਕਰ ਰਹੇ ਸਨ ਉਸ ਤੋਂ ਬਾਅਦ ਮਾੜੀ ਮੱਠੀਆਂ ਜ਼ਮੀਨ ਅਲਾਟ ਹੋਈ ਰਾਤੀ ਦੇਰ ਰਾਤ ਮੈਂ ਇੱਕ ਫੋਨ ਕੀਤਾ ਮਾੜੀ ਮੱਠੀਆਂ ਅਤੇ ਤੁਹਾਡੇ ਪਿੰਡ ਦੇ ਡਾਕਟਰ ਹਰਦੇਵ ਸਿੰਘ ਸੰਧੂ ਪੂਰੇ ਹੋ ਗਏ ਅਤੇ ਜਿਹੜੇ ਵੀ ਉਹਨਾਂ ਦੇ ਸੱਜਣ ਹੋਣ ਉਹ ਕੱਲ੍ਹ ਅਰਦਾਸ ਦੇ ਸਾਹਮਣੇ ਆਉਣ 'ਤੇ ਜਿਹਦੇ ਸੱਜਣ ਨੂੰ ਮੈਂ ਫੋਨ ਕੀਤਾ ਉਹ ਕਹਿੰਦਾ ਸਾਰਾ ਪਿੰਡ ਹੀ ਉਹਨਾਂ ਦਾ ਕਹਿੰਦਾ ਕੋਈ ਇੱਕ ਸੱਜਣ ਨਹੀਂ ਹੈ ਸਾਰਾ ਪਿੰਡ ਹੀ ਉਹਨਾਂ ਦਾ ਹੈ ਅਸੀਂ ਜਦੋਂ ਵੀ ਕਿਤੇ ਕਲੀਨਿਕ 'ਚ ਜਾਂਦੇ ਹਾਂ ਤਾਂ ਸਾਨੂੰ VIP ਟ੍ਰੀਟਮੈਂਟ ਮਿਲਦਾ ਸੀ ਜੇ ਇੱਥੇ ਕਿਸੇ ਵੀ ਪੇਸ਼ੈਂਟ ਨਾਲ ਗੱਲ ਕੀਤੀ ਹੈ ਤਾਂ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਸਨ ਸੇਮ ਵਾਜ਼ ਦਾ ਕੇਸ ਸਾਡੇ ਰਿਸ਼ਤੇਦਾਰਾਂ ਵਿੱਚ ਸੀ ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿ ਮੇਰਾ ਪਹਿਲਾ ਰਿਸ਼ਤੇਦਾਰ ਸੀ ਸੋ ਕਿਹੜੀ ਕਿਹੜੀ ਗੱਲ ਡਾਕਟਰ ਹਰਦੇਵ ਸਿੰਘ ਸੰਧੂ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਮੇਰੇ ਤੋਂ ਬਾਅਦ ਤੁਸੀਂ ਜਾਣਦੇ ਹੋ ਇੱਕ ਗੱਲ ਜਿਹੜੀ ਨਹੀਂ ਬੋਲੀ ਜਾਣਦੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਡਾਕਟਰ ਹਰਦੇਵ ਸਿੰਘ ਸੰਧੂ ਇੱਕ ਪੂਰਨ ਗੁਰਸਿੱਖ ਸਨ ਦਸਾਂ ਨੌਵਾਂ ਦੀ ਕਿਰਤ ਕਮਾਈ ਉਹ ਪਹਿਲਾਂ ਉੱਥੇ ਕਰਕੇ ਹੀ ਆਉਂਦੇ ਸਨ ਹਰ ਦਸਵਾਂ ਪੇਸ਼ੈਂਟ ਜਿਹੜਾ ਸੀ ਉਹ ਉਹਨਾਂ ਦਾ ਫਰੀ ਹੁੰਦਾ ਸੀ ਘੱਟੋ ਘੱਟ 10 ਤੋਂ ਘੱਟ ਭਾਵੇਂ ਹੋ ਜੇ 8ਵਾਂ 9ਵਾਂ ਜ਼ਰੂਰ ਹੋ ਜੇ ਸੋ ਉਹ ਦਸਵੰਤ ਆਪਣੀ ਉਸ ਕਮਾਈ ਵਿੱਚੋਂ ਉੱਥੇ ਕੱਢ ਕੇ ਆਉਂਦੇ ਰਹੇ ਇੱਕ ਸੱਜਣ ਬਜ਼ੁਰਗ ਸੋਟੀ ਫੜ ਕੇ ਉੱਥੇ ਹਾਜ਼ਰ ਹੋਇਆ ਇਹਨਾਂ ਕੋਲ ਦਵਾਈ ਲੈ ਕੇ ਅਤੇ ਦਵਾਈ ਲੈ ਕੇ ਖੀਸੇ 'ਚੋਂ ਕੱਢੇ ਅਤੇ ਉਹਨੂੰ ਗਿਣ ਕੇ ਕਹਿੰਦੇ ਕਿ ਇਹਦੇ ਕੇਲੇ ਲੈ ਲਈ ਇਹਦੇ ਸੰਤਰੇ ਲੈ ਲਈ ਅਤੇ ਇਹਦੀ ਦਵਾਈ ਲੈ ਲਈ ਅਤੇ ਜਾ ਸੋ ਇਟ ਵਾਜ਼ ਡਾਕਟਰ ਹਰਦੇਵ ਸਿੰਘ
ਬੜੇ ਲੋਕਾਂ ਨੇ ਬਾਹਰ ਫੋਟੋ ਦੇਖੀ ਆ ਉਹਨਾਂ ਦੀ, ਉਹਨਾਂ ਨੂੰ ਮੇਰਾ ਖਿਆਲ ਉਹ ਚਾਹੇ ਰੂਹ ਤੋਂ ਚਲੇ ਗਏ ਨੇ, ਉਹ ਜਿੰਦਾ ਮਿਸਾਲ ਸਾਹਮਣੇ ਤਸਵੀਰ ਸਾਹਮਣੇ ਹੁੰਦੇ ਸੀ। ਅਤੇ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਵੱਖ ਖੜੇ, ਮੈਨੂੰ ਲੱਗਾ ਸੀ ਕਿ ਅਸੀਂ ਉਹਨਾਂ ਦੇ ਬੁੱਢੇ ਨਾਲ ਬੁੱਢਾ ਦੇਖ ਕੇ ਜਿੱਥੇ ਖੜੇ। ਸੋ ਪਰ ਅਸਲੀਅਤ ਇਹ ਹੈ ਕਿ ਡਾਕਟਰ ਹਰਦੇਵ ਸਿੰਘ ਸੰਧੂ ਨੇ ਮੇਰੇ ਕੋਲ ਬਹੁਤ ਹੀ ਸਨੇਹ ਆਏ। ਲਾਇਨ ਕਲੱਬ ਤੋਂ ਆਇਆ ਹੈ, ਸਹਾਰਾ ਕਲੱਬ ਤੋਂ ਆਇਆ ਹੈ, ਲਾਇਨ ਕਲੱਬ ਦੇ ਪ੍ਰੈਜੀਡੈਂਟ ਦਾ ਕੰਡੋਲੈਂਸ ਮੈਸੇਜ ਆਇਆ ਹੈ, ਹਰ ਲੈਵਲ ਦੀ ਸ਼ਖਸੀਅਤ ਇੱਥੇ ਬੈਠੀ ਹੈ। ਮੈਂ ਮੋਦੀ ਨਗਰ ਜੀ ਤੋਂ ਮਾਫ਼ੀ ਮੰਗਾਂਗਾ, ਜ਼ਰੂਰ ਮੰਗਾਂਗਾ। ਉਹ ਪਰਿਵਾਰਕ ਮੈਂਬਰ ਵੀ ਨੇ ਅਤੇ ਸਾਡੇ ਇੱਕ MLA ਵੀ ਨੇ, ਪਰ ਪਰਿਵਾਰ ਲੈਵਲ 'ਤੇ ਇਹ ਅਸੀਂ ਫੈਸਲਾ ਕੀਤਾ ਹੈ ਕਿ ਮੈਂ ਧੰਨਵਾਦੀ ਕਰਾਂ ਸਿਰਫ ਇੱਕ ਡਾਕਟਰ ਰਣਜੀਤ ਸਿੰਘ ਕਲਸੀ, ਜਿਹੜੇ IIM ਦੇ ਪ੍ਰੈਜੀਡੈਂਟ ਨੇ, ਉਹਨਾਂ ਦੇ ਕਲਾਸ ਫੈਲੋ ਨੇ, ਉਹਨਾਂ ਦੇ ਦੋਸਤ ਨੇ, ਉਹਨਾਂ ਦੇ ਹਮਦਰਦ ਨੇ, ਉਹਨਾਂ ਨੂੰ ਮੈਂ ਸੱਦਾ ਦੇਣਾ ਕਿ ਡਾਕਟਰ ਕਲਸੀ ਆ ਕੇ ਜੋ IIM ਦਾ ਸੋਗ ਸੁਨੇਹਾ ਹੈ ਉਹ ਸਾਂਝਾ ਕਰਨ। ਮੈਂ ਡਾਕਟਰ ਕਲਸੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰਿਆਂ ਨੂੰ ਪ੍ਰਸ਼ਨ ਲਾਈ ਕਿਉਂ ਫਿਰ ਖਾਰਾ ਪੁੰਜਾ ਮੈਂ ਇੱਥੋਂ ਦਾ ਲਾਈ ਬਾਰੇ ਪਤਾ ਹੈ ਮੈਂ ਤੋਂ IIM ਦਾ ਪ੍ਰਧਾਨ ਹੀ ਹੈ ਹੁਣ ਅਕੈਡਮਿਕ ਲਾਈ ਬਾਰੇ ਦੋ ਮਿੰਟ ਮੈਸੇਜ ਕਹਿਣਾ ਕਿ ਕਹਾਣੀ ਬੋਲੀ ਉੱਥੇ ਅਗਨੀ ਸ਼ੁਰੂ ਹੋਈ ਅਤੇ 1972 ਪਾਸ ਹੋਏ
ਕੀਤੀ। 10 ਸਾਲ ਉੱਥੇ ਪੂਰੇ ਕੱਢੇ। ਉਹ 10 ਸਾਲ ਦੀ ਜਿੰਨੇ ਸਾਡੇ ਅਸੀਂ ਤਾਹਲ ਹੋਏ ਸੀ 1965 ਸਾਲ 'ਚ, 1965 ਸਾਲ ਬੈਚ ਕਹਿੰਦੇ ਹਾਂ, ਗਲੈਕਸੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ। ਇੱਕ ਮਿੰਟ ਦਾ ਮੈਸੇਜ, ਬੈਚ 1965 ਅੰਮ੍ਰਿਤਸਰ ਮੈਡੀਕਲ ਤੁਹਾਨੂੰ ਪੜ੍ਹਦੇ ਹਾਂ, ਮਾਫ਼ ਕਰਨਾ ਹੋਏਗੀ, ਲੈਂਗੁਏਜ ਇੰਗਲਿਸ਼ ਹੋਏਗੀ। ਵੀ ਬੈਚਮੇਟਸ ਔਫ ਦੀ ਈਅਰ 1965 ਔਫ ਗਲੈਕਸੀ ਮੈਡੀਕਲ ਕਾਲਜ ਅੰਮ੍ਰਿਤਸਰ ਆਰ ਐਕਸਟ੍ਰੀਮਲੀ ਸੈਡਨ ਐਂਡ ਸੋਰੋ ਟੂ ਲਰਨ ਦੀ ਅਨਟਾਈਮਲੀ ਡਿਮਾਈਜ਼ ਔਫ ਡਾਕਟਰ ਦੇਵ ਸਿੰਘ ਸੰਧੂ, ਆਵਰ ਬੈਚਮੇਟ, ਫਰੈਂਡ ਐਂਡ ਦੈਨ ਕਲੀਗ ਫਾਰ ਮੈਨੀ ਮੋਰ ਈਅਰਸ। ਯੂ ਆਰ ਏ ਵੈਰੀ ਲਵੇਬਲ, ਅਫੈਕਸ਼ਨੇਟ ਐਂਡ ਸੰਸੀਅਰ ਫਰੈਂਡ ਐਂਡ ਆਲ ਦੀ ਸਰਕਮਸਟਾਂਸਿਸ ਵੀ ਵਿਲ ਆਲਵੇਜ਼ ਰਿਮੈਂਬਰ ਹਿਮ ਫਾਰ ਦੀ ਸਪੇਸ ਹੀ ਕ੍ਰੀਏਟਡ ਇਨ ਆਵਰ ਹਾਰਟਸ। ਆਵਰ ਅਰਨੈਸਟ ਪ੍ਰੇਅਰ ਟੂ ਦੀ ਆਲਮਾਈਟੀ ਇਜ਼ ਟੂ ਗ੍ਰਾਂਟ ਪੀਸ ਟੂ ਅਰ ਸੋਲ ਐਂਡ ਅੰਬਾਵਰ ਦੀ ਬਿਲੀਵ ਫੈਮਿਲੀ ਵੀ ਆਰ ਦੀ ਏਅਰ ਅਟੈਰ ਲਾਸ। ਥੈਂਕਸ ਐਵਰੀਬਾਡੀ ਫਰੋਮ ਦੀ 1965 ਬੈਚ ਗਲੈਕਸੀ ਮੈਡੀਕਲ ਅੰਮ੍ਰਿਤਸਰ। ਪੜ੍ਹਾਈਆਂ ਖਤਮ ਕਰਨ ਦੇ ਬਾਅਦ ਡਾਕਟਰ ਸਾਹਿਬ ਜੀ ਅਤੇ ਮੈਂ ਵੀ ਅਸੀਂ ਨਾਲੇ ਸੈਟਲ ਹੋਏ, ਪ੍ਰੈਕਟਿਸ ਸ਼ੁਰੂ ਕੀਤੀ, ਪਰਮਾਤਮਾ ਦੀ ਕਿਰਪਾ ਹੋਈ, ਰੋਟੀ ਪਾਣੀ ਕਿਉਂ ਚੱਲਦਾ ਰਿਹਾ, ਸੇਵਾ ਦਾ ਮੌਕਾ ਮਿਲਿਆ। ਉਹਦੇ ਬਾਅਦ ਇੱਥੇ ਸਾਡੀ ਇੱਕ ਐਸੋਸੀਏਸ਼ਨ ਹੈਗੀ IMA ਦੀ, ਉਹਦੇ ਸਾਰੇ ਡਾਕਟਰ ਮੈਂਬਰ ਬਣਦੇ ਨੇ, ਅਸੀਂ ਬਣ ਗਏ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਮੈਂਬਰਸ, ਕਲੀਗਸ ਇੱਕ ਦੂਸਰੇ ਨੂੰ ਚੈੱਕ ਕਰਦੇ ਆ, ਪੇਸ਼ੈਂਟ ਦੀ ਸੇਵਾ ਕਰਦੇ ਆ, ਕੋਈ ਪ੍ਰੋਬਲਮ ਡਿਸਕਸ ਕਰਦੇ ਆ। ਕੋਈ IMA ਵੱਲੋਂ ਇੱਕ ਅਮੇਚੋਰੀ ਮੈਸੇਜ, ਉਹ ਮੈਂ ਪੜ੍ਹਦੇ ਹਾਂ ਪਲੀਜ਼। The Indian Medical Association Badala places on its record deep sorrow and anguish, the sad and untimely demise of one of its senior most and most revered member, Dr. Dev Singh Sandhu. He was born in a highly educated family. His father, Sardar Dara Singh, is a very respected and honest municipal engineer of MC Badala. Dr. Dev Singh was the youngest of 4 brothers. All his relatives being highly placed engineers. He got in medical graduation from Glensey Medical College, Amritsar, specialized in the field of diabetes,
and attended many national and international conferences. He started his medical practice in 1975 and was soon married to Madam Baljeet Kaur. Their three sons are serving in medicine in India and abroad. Dr. Sadhguru Bhatt, the embodiment of love, affection, humility, selfless hard work, high clinical acumen, and down-to-earth helpful approach to his suffering humanity. He was very popular and always approachable to each and everybody. He always kept patients' needs above his personal comforts, and at the same time, he was socially very active and always participated in all family, social, academic, charitable, medical, and civic activities. He was a senior member of the Batala branch of Indian Medical Association and was always available with invaluable advice in its matters. His elders looked him as their own son, his grief as a trusted friend, and his union a beacon of light for their future. In his demise, the Batala IMA had lost a very valuable senior member, his friends a valuable asset, his wife a loyal husband, his son a dedicated father, and his brothers a right arm associate. We, the members of IMA, Batala deeply mourned his irreparable loss and prayed to my group to grant him eternal peace and solace, and encouraged to the bereaved family to endure any loss. From IMA, Batala, Dr. Sheena and Secretary and Dr. Arishkar Singh. Thank you. I request Dr. Mishra to speak, to come and with love and affection hand over a shawl to Mr. Baljeet Sandhu. Baljeet Ray. My request of senior IMA members, Dr. Mitchell and Dr. Ashwin Bhai, to please hand over a loyal and elder son of the love and affection. Thank you everyone. Dr. Singh ji, IAS retired, Sabka Secretary. Sir, Professor Simranjit Singh ji, parents. Professor Jukinder Singh, Batale di sari medical fraternity. Amritsar di leading medical fraternity. Lodhi Nangal ji, Farooq Singh ji, part, Rupinder Singh ji, MP. Aur ek, main naam jo nahi lenda ta, parivarik member hai. Harinder, sada MC. ਇਸ ਸਮੇਂ ਦੁੱਖ ਦੀ ਘੜੀ ਵਿੱਚ ਜਿਸ ਤਰੀਕੇ ਨਾਲ ਉਹ ਸਾਡੇ ਨਾਲ ਖਲੋਤਾ, ਅਸੀਂ ਉਸ ਦੇ ਮਜਾਤੇ ਕੋਲ ਪਰਿਵਾਰ ਤੋਂ ਗਿਣੀਆਂ ਜੋ ਕਦਮ ਇੱਥੇ ਆਇਆ ਡਾਕਟਰ ਸੰਧੂ ਦੀ ਇਸ ਸ਼ਰਧਾਂਜਲੀ ਅੰਤਰ ਪਰਦਾ ਸੀ। ਅਸੀਂ ਪਰਿਵਾਰ ਤੌਰ 'ਤੇ ਉਸ ਹਰ ਕਦਮ ਦੇ, ਹਰ ਉਸ ਰੂਹ ਦੇ, ਹਰ ਇਨਸਾਨ ਦੇ ਰਿਣੀ ਹਾਂ ਜਿਹੜਾ ਇਸ ਦੁੱਖ ਦੀ ਘੜੀ ਵਿੱਚ ਸਾਡੇ ਸ਼ਰੀਕ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗਲਤੀ ਹੋ ਗਈ ਹੋਵੇ, ਕੋਈ ਨਾ ਰਹਿ ਗਈ, ਹੁਣ ਨਾ ਮੈਂ ਨਹੀਂ ਸੀ ਗਿਣਨਾ ਚਾਹੁੰਦਾ। ਪਲੀਜ਼, ਹਰ ਇਨਸਾਨ ਜੋ ਇੱਥੇ ਆਇਆ ਹੈ, ਜੋ ਰੂਹ ਆਈ ਹੈ, ਜੋ ਇਸ ਸਮੇਂ ਇਸ ਅਰਦਾਸ ਪਰਿਵਾਰ ਵੱਲੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਕ ਡਾਕਟਰ ਸਾਹਿਬ ਦੀ ਸਾਥੀ ਗੁਰਬਚਨ ਸਿੰਘ ਜੀ, ਇਸ ਕਰਕੇ ਮੈਂ ਇਸ ਫੋਰਮ 'ਤੇ ਦੁਬਾਰਾ ਰਿਕੁਐਸਟ ਕੀਤੀ, ਗੁਸਤਾਖੀ ਲਈ ਮੁਆਫੀ ਕਰਨਾ। ਮੇਰਾ ਨਾਮ ਗੁਰਬਚਨ ਸਿੰਘ ਹੈ ਜੀ, ਔਰ
पहले भी बेनती की है कि मैं समझदा कि मेरी कॉन्शियस जी वो अलाउ नहीं करती कि मैं शब्द उन्होंने शोभा ना कह डॉक्टर संधु साहब जो कि इस वे साढ़े नहीं हैं। सब तो पहला तो यह बहुत वही सट है एक फैमिली वास्ते भैन बलजीत वास्ते खास करके ते उन्हां दे सारे परिवार वास्ते। सो साड़ी सहानुभूति उन्हां दे नाल है। असी हर वक्त एज ए फैमिली फ्रेंड उन्हां वास्ते हाजिर हाँ और इस चीज़ में कोई दूजी राय नहीं है। ये कहन वाली गल नहीं है कल असी चाहते हाँ कि जदों भी साड़ी कोई जरूरत हो गए उस दे विच असी शामिल होइए इन्हां दे दुख विच इन्हां दे सुख विच। सब तो पहला तो मैं डॉक्टर संधु की कोई परसनैलिटी वर्चूज के बारे कुछ शेयर करना चाहता सी। शायद वो बाकी सजना ने बहुत अच्छी तरह एक्सप्लेन कर दिता दस दिता है शुरू तो लैके, लेकिन मैं अपने शब्दों में कहना कोई जरूरी समझदा सर। एक तो यह है कि डॉक्टर संधु साढ़े क्लास फैलो रहे ने पंजवीं जमात को लैके प्लस वन तक। पहला असं खालसा स्कूल पढ़ते रहे तो संधु साहब तो मैट्रिक करने को बाद 62 दे विच असी बेरिंग कॉलेज चले गए। उन्हां विचों मैं कुछ एक अपने जिहड़े क्लास फैलोज ने उन्हां दे नाम लै सकदा जिहड़े कि क्लोज रिलेशनशिप सी संधु साहब नाल। एक मैं एक मिस्टर सुजान सिंह जो टीचर रिटायर हुए ने वो उन्होंने भी मैडिकल स्ट्रीम से डॉक्टर संधु को भी मैडिकल स्ट्रीम से एक डॉक्टर कलसी इन्होंने को मैडिकल स्ट्रीम से मेरे को नॉन मैडिकल स्ट्रीम से। तो इतों पास आउट होने तो बाद वो मैडिकल कॉलेज चले गए असं अपने टेक्निकल लाइन इंजीनियरिंग में चले गए। तो बेसिक्स का साड़ी नाल जिहड़ी एसोसीएशन है मेरी इस परिवार नाल यह कहा जा सकता है कि 60 साल की एसोसीएशन है। 60 साल तक असं इकट्ठे ही रहे। मैं जदों भी कभी अपनी नौकरी तो इतने बटा ले आना टेलीफोन संधु साहब ने हाँ जी संधु साहब मैं उसे कितों बोल रहे हो सारे तो वह मौका मैं फिर बार बार याद आ रहे हैं कि हाँ भी असी किस तरह साड़ी निभी और बहुत प्यार निभी। स्कूलिंग के बिच डॉक्टर संधु वाज अ वेरी शाइनिंग बॉय बहुत ब्राइट सन पढ़ाई लिखाई में बहुत ब्राइट सन। तो असी ऑर्डिनरी बच्चों चो आते सी लेकिन जदों असी इन्हां दी बांह फड़ ली जो संधु साहब ने करना जी वो असी करना जो इन्हां पढ़ना वो असां पढ़ना जे इन्हां ने हैंडराइटिंग तो बहुत अच्छा हुंदा सी इन्हों का हैंडराइटिंग असं कॉपी करना शुरू करता। तो होया कि हौली हौली इन्होंने पिछे लग के असं भी पढ़ गए। इन्होंने पिता जी सरदार तारा सिंह जी रिस्पेक्टेड तारा सिंह जी भी बहुत ही ऑनेस्ट बड़े डिलीजेंट बड़े मेहनती सन। सू थोड़ा चेर अवसर मिले उन्होंने नाल भी टाइम पास कर दूसरी गल एक है जो तक प्रोफेशनलिज्म का तलक है
ਉਹਦੇ ਵਿੱਚ ਮੈਂ ਵਿਦ ਵੈਰੀ ਲਾਊਡ ਐਂਡ ਕਲੀਅਰ ਮੈਂ ਕਹਿ ਸਕਦਾ ਦ ਨੈਕ ਵਿਚ ਹੀ ਹੈਡ ਫੋਰ ਜੈਨਰੋਸਿਟੀ ਦੀ ਸਿੱਖ ਆਈ ਐਮ ਸੋਰੀ ਟੂ ਸੇ ਦੈਟ ਇਜ ਨੋਟ ਵੈਰੀ ਫ੍ਰੀਕੁਐਂਟਲੀ ਐਗਜ਼ਿਸਟਿੰਗ This is all without prejudice to my respected doctors who are here and present, who have high regards for this departed soul. A one-to-one relationship with the sick people. This matters much for a doctor, and to me, it's one of the specialized ethics of the professionalism, which is rare to see. As regard materialism, on the ਇੱਕ ਪਾਠ ਹੋਰ ਜਿਹੜਾ ਕਿ ਮੈਂ ਕਹੂੰਗਾ ਕਿ ਬੁਲਾਰਿਆਂ ਨੇ ਨਹੀਂ ਦੱਸਿਆ ਉਹ ਮੈਂ ਦੱਸੂਗਾ ਕਿ ਇਹਨਾਂ ਦਾ ਇੱਕ ਵਤੀਰਾ ਸੀ ਇਹ ਆਪਣੇ ਜਿਹੜੇ ਕਲਾਸ ਫੈਲੋ ਸਨ ਉਹਨਾਂ ਦੇ ਰਿਸ਼ਤੇਦਾਰ ਸਨ ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉਹਨਾਂ ਦੇ ਰਿਸ਼ਤੇਦਾਰ ਨੇ ਗੁਰਬਚਨ ਸਿੰਘ ਇੱਕ ਵਾਰੀ ਉਹਨਾਂ ਦੇ ਨਾਲ ਆਇਆ ਇਹਨਾਂ ਦੇ ਮਾਇੰਡ ਸੈੱਟ ਹੋ ਜਾਂਦਾ ਸੀ ਕਿ ਇਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਕੋਲੋਂ ਵੀ ਪੈਸੇ ਕਿਸੇ ਲੈਂਦੇ ਸੋ ਜੈਨਰਸ ਐਂਡ ਦੇ ਮੈਨ ਮੈਂ ਕਿਹਾ ਕਿਤੇ ਸ਼ਾਟ ਲੈਣਾ ਹੁੰਦਾ ਪਾਣੀ ਮੋਕੀ ਨੂੰ ਮੇਰੇ ਫਸੇ ਰਹੇ ਤੇ ਉਹ ਮੈਂ ਕਿਹਾ ਮੈਂ ਬਾਹਰ ਕਿਤੇ ਮਰਜ਼ੀ ਬੋਲੂ ਹੈਲੋ ਭਰਾ